ਨਸ਼ਾ ਵੇਚ ਵੇਚ ਕੇ ਤਸਕਰਾਂ ਨੇ ਬਣਾਈ ਕਰੋੜਾਂ ਦੀ ਜਾਇਦਾਦ। ਹੁਣ ਪੁਲਿਸ ਨੇ 10 ਨਸ਼ਾ ਤਸਕਰਾਂ ਦੀ ਪ੍ਰਾਪਰਟੀ ਕੀਤੀ ਜ਼ਬਤ। ਨਸ਼ੇ ਨਾਲ ਕਮਾਏ ਪੈਸਿਆਂ ਦੀ ਖਰੀਦਦੇ ਸੀ ਪਿਕਅਪ ਗੱਡੀਆਂ। ਤਾਂ ਦੱਸ ਦੇ ਕਿ ਪੰਜਾਬ ਦੇ ਨੌਜਵਾਨਾਂ ਦੀ ਜ਼ਿੰਦਗੀ ਨਸ਼ੇ ਦੇ ਵਿੱਚ ਬਰਬਾਦ ਕਰਕੇ ਤਸਕਰ ਆਪਣੀਆਂ ਕਰੋੜਾਂ ਦੀਆਂ ਪ੍ਰਾਪਰਟੀਆਂ ਬਣਾਉਂਦੇ ਨੇ, ਅਤੇ ਜਦੋਂ ਇਸ ਸੰਬੰਧੀ ਜਾਣਕਾਰੀ ਪੁਲਿਸ ਨੂੰ ਮਿਲਦੀ ਹੈ ਤਾਂ ਉਹਨਾਂ ਦੇ ਵੱਲੋਂ 10 ਤਸਕਰਾਂ ਦੇ ਖਿਲਾਫ ਕਾਰਵਾਈ ਕਰਦੇ ਹੋਏ ਕਰੀਬ 1,72,00,000 ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਇਸ ਦੇ ਨਾਲ ਇੱਕ ਤਸਕਰ ਦਾ ਪਿਕਅਪ ਵੀ ਬਰਾਮਦ ਕਰ ਲਿਆ ਗਿਆ, ਜੋ ਕਿ ਉਸ ਵੱਲੋਂ ਨਸ਼ਾ ਵੇਚ ਵੇਚ ਕੇ ਖਰੀਦਿਆ ਗਿਆ ਸੀ। ਤਾਂ ਦੱਸ ਦੇ ਕਿ ਮਾਮਲਾ ਰਾਏਕੋਟ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਵੱਲੋਂ ਕਰੀਬ 10 ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ, ਜਿੱਥੇ ਉਹਨਾਂ ਦੀ 1,72,00,000 ਦੀ ਜਾਇਦਾਦ ਜ਼ਬਤ ਕੀਤੀ ਗਈ ਹੈ, ਤੇ ਨਾਲ ਹੀ ਉਹਨਾਂ ਦੇ ਵੱਲੋਂ ਨਸ਼ੇ ਦੇ ਪੈਸਿਆਂ ਤੋਂ ਖਰੀਦਿਆ ਇੱਕ ਪਿਕਅਪ ਵੀ ਬਰਾਮਦ ਕੀਤਾ ਗਿਆ। ਤਾਂ ਇਸ ਸੰਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ 7 ਹੋਰ ਤਸਕਰ ਵੀ ਨੇ ਜਿਨ੍ਹਾਂ ਦੇ ਖਿਲਾਫ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਕੇਸ ਭੇਜਿਆ ਹੋਇਆ। ਤਾਂ ਇਹੀ ਨਸ਼ਾ ਤਸਕਰ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਾ ਪਰੋਸਦੇ ਨੇ, ਤਾਂ ਉਸ ਨਸ਼ੇ ਤੋਂ ਕਮਾਏ ਪੈਸਿਆਂ ਦੇ ਨਾਲ ਇਹ ਆਪਣੀਆਂ ਕਰੋੜਾਂ ਦੀਆਂ ਜਾਇਦਾਦਾਂ ਬਣਾ ਲੈਂਦੇ ਨੇ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਹੈ, ਇਹਨਾਂ ਦੀ ਕਰੋੜਾਂ ਦੀ ਜਾਇਦਾਦ ਨੂੰ ਜ਼ਬਤ ਕੀਤਾ ਗਿਆ। ਸਾਡੇ ਕੋਲ ਇੱਕ ਮੁਕੱਦਮਾ ਦਰਜ ਹੋਇਆ ਸੀਗਾ, 19 ਮੁਕੱਦਮਾ ਨੰਬਰ 19 ਹੈਗਾ ਜੀ, ਇਹ 2019 ਦਾ ਮੁਕੱਦਮਾ ਸੀਗਾ। ਇਹਦੇ ਵਿੱਚ ਦੋਸ਼ੀ ਜਗਮਿੰਦਰ ਸਿੰਘ, ਪੁੱਤਰ ਲੇਟ ਜਗਤਾਰ ਸਿੰਘ, ਬਾਸੀ ਪਿੰਡ ਗੁਜਰਵਾਲ ਜ਼ਿਲ੍ਹਾ ਲੁਧਿਆਣਾ, ਇਹਦੇ ਕੋਲੋਂ ਸਾਨੂੰ 1.5 ਕੁਇੰਟਲ ਕੁੱਕੀ ਮਿਲੀ ਸੀ। ਉਸ ਤੋਂ ਬਾਅਦ ਅਸੀਂ ਇਹਦੀ NDPS ਦੇ ਸੈਕਸ਼ਨ ਹੈਗਾ 68F ਉਹਦੇ ਤਹਿਤ ਇਹਦੀ ਅਸੀਂ ਪ੍ਰੋਪਰਟੀ ਬਾਰੇ ਵੈਰੀਫਾਈ ਕਰਵਾਇਆ ਸੀਗਾ ਜੀ। ਸਾਨੂੰ ਪਤਾ ਲੱਗਿਆ ਸੀਗਾ ਵੀ ਜਿਹੜੀ ਇਹਨੇ ਬਲੈਰੋ ਗੱਡੀ ਲਈ ਹੈਗੀ, ਇਹਨੇ ਨਸ਼ੇ ਦੇ ਕਾਰੋਬਾਰ ਕਰਕੇ ਜਿਹੜੀ ਕਮਾਈ ਆ ਉਹਦੀ ਗੱਡੀ ਲਈ ਹੈ। ਤਾਂ ਅਸੀਂ ਇਹਦਾ ਕੇਸ ਤਿਆਰ ਕਰਕੇ ਜੀ ਕੰਪੀਟੈਂਟ ਅਥਾਰਟੀ ਦਿੱਲੀ ਕੋਲ ਭੇਜਿਆ ਸੀਗਾ, ਅਤੇ ਉਹਦੀ ਸੁਣਵਾਈ ਤੋਂ ਬਾਅਦ ਜਿਹੜੀ ਉਹ ਪ੍ਰੋਪਰਟੀ ਹੈਗੀ ਇਹਦੀ ਜ਼ਬਤ ਕਰਤੀ ਹੈਗੀ ਨਵੀਂ ਦਿੱਲੀ। ਕਿੰਨੀ ਦੀ ਪ੍ਰੋਪਰਟੀ ਜ਼ਬਤ ਹੋਈ ਹੈ ਜੀ? ਇਹਦੀ ਇਹ ਜਿਹੜੀ ਬਲੈਰੋ ਪਿਕਅਪ ਸੀਗੀ ਜਦੋਂ ਇਹਨੇ ਖਰੀਦੀ ਸੀ ਉਹਦੀ 10,00,000 ਕੀਮਤ ਸੀਗੀ ਜੀ, ਅਤੇ ਉਹ ਜੀ ਜ਼ਬਤ ਕਰਤੀ ਹੈਗੀ। ਇਸ ਤੋਂ ਪਹਿਲਾਂ ਵੀ ਅਸੀਂ ਜਿਹੜੇ ਹੈਗੇ ਹੈਗੇ ਠਾਣਾ ਸਦਰ ਰਾਏਕੋਟ ਨੇ 8 ਮੁਕੱਦਮਿਆਂ ਦੇ ਵਿੱਚ 10 ਵਿਅਕਤੀਆਂ ਦੀ ਜਿਹੜੀ ਹੈਗੀ ਹੈ ਪ੍ਰੋਪਰਟੀ, ਜਿਹਦੇ ਵਿੱਚ ਕਿ ਉਹਨਾਂ ਦੇ ਘਰ ਆ ਗਏ ਜਾਂ ਜ਼ਮੀਨ ਆ ਗਈ ਜਾਂ ਵਹੀਕਲ ਆ ਗਏ, ਗੱਡੀ, ਕਾਰ, ਮੋਟਰਸਾਈਕਲ, ਇਹ ਜਿਨ੍ਹਾਂ ਦੀ ਕੀਮਤ ਟੋਟਲ 1,74,00,000 ਦੇ ਕਰੀਬ ਬਣਦੀ, ਉਹ ਜ਼ਬਤ ਕਰਵਾਈ ਜਾ ਚੁੱਕੀ ਹੈਗੀ। ਅਤੇ ਇਸ ਤੋਂ ਬਿਨਾਂ ਸਾਡੇ 7 ਕੇਸ ਹੋਰ ਭੇਜੇ ਹੋਏ ਨੇਗੇ, ਜਿਨ੍ਹਾਂ ਦੀ ਕੁੱਲ ਪ੍ਰੋਪਰਟੀ ਹੈਗੀ ਹੈਗੀ 55,00,000, ਉਹ ਸੁਣਵਾਈ ਅਧੀਨ ਨੇਗੇ ਕੰਪੀਟੈਂਟ ਅਥਾਰਟੀ ਦਿੱਲੀ ਕੋਲ, ਜਿਨ੍ਹਾਂ ਦਾ ਜਿਹੜਾ ਹੈਗਾ ਫੈਸਲਾ ਉਹ ਵੀ ਜਲਦ ਆ ਜਾਏਗਾ। ਜਿਹੜੇ ਬੰਦਾ ਹੈਗਾ ਇਹਦੇ 'ਤੇ ਮੁਕੱਦਮੇ ਕਿੰਨੇ ਕੁ ਦਰਜ ਨੇ? ਇਹਦੇ 'ਤੇ ਕਮਰਸ਼ੀਅਲ ਕੁਆਂਟਿਟੀ ਦੇ ਮੁਕੱਦਮੇ ਦਰਜ ਸੀਗੇ ਜੀ, 1 ਸਦਰ ਰਾਏਕੋਟ ਦਾ ਹੈਗਾ ਅਤੇ 2 ਮੁਕੱਦਮੇ ਤੋਂ ਬਾਹਰ ਹੈਗੇ ਨੇ। ਹੁਣ ਅਰੈਸਟ 'ਚ ਨਹੀਂ, ਹੁਣੇ ਬੰਦਾ ਬਾਹਰ ਹੈ ਜੀ।